वास्ते एक नवा प्रोग्राम ही लाने लगे हाँ। अज प्रोग्राम की रैसल आँडी तो साडा विचार बनया कि रैसल रिकॉर्ड करिए, जे चंगी लगी तो अं पा भी देवे, नहीं तो तुहानू असी दिखावे, जे मेरे वीर चलो पा भी देवे वेखणगे तो बुरा ना मनन। अं प्रोग्राम शुरू कर लगे, प्रोग्राम का नाम रखा ही माहौल बाजी। माहौल बाजी आ हम भाजी उन्होंने को जाकर आप करते हैं। ये भाजी उन्होंने नाम, भाजी का नाम की जी? मेरा नाम जी बलकीर सिंह बब्बू है जी। अच्छा बब्बू है जी, क्या बात है। आ भाजी तुम रुमाल इदा रखते हो जिदा पुरानी फिल्मों के वेले होंगे अजकल बीमारी नहीं चली जी कोरोना वायरस की? ਭਾਜੀ ਕਰੋਨਾ ਵਾਇਰਸ ਹੁੰਦਾ ਵਾ? ਹਾਂਜੀ ਕਰੋਨਾ ਵਾਇਰਸ ਜੀ। ਕਰੋਨਾ ਵਾਇਰਸ ਮੂੰਹ ਵੇਖਦਾ ਧਰਨਾ ਵਾਇਰਸ, ਵਾਇਰਸ ਦਾ ਕੀ ਹੁੰਦਾ ਮਤਲਬ? ਵਾਇਰਸ ਤੇ ਇੱਕ ਜਿਹੜਾ ਬੰਦਾ ਜਿਹੜਾ ਕੋਈ ਹੁੰਦਾ ਹੀ ਨਹੀਂ ਆ ਉਹਨੂੰ ਵਾਇਰਸ ਕਹਿ ਦਿੰਦੇ ਆ। ਅੱਛਾ ਸਾਨੂੰ ਪਤਾ ਲੱਗਿਆ ਕਿ ਤੁਸੀਂ ਬਚਪਨ ਦੇ ਵਿੱਚ ਜਿੱਥੇ ਪੜ੍ਹਦੇ ਹੁੰਦੇ ਸੀ ਉੱਥੇ ਮੁੰਡਿਆਂ ਨੂੰ ਬੜਾ ਕੁੜਦੇ ਨੇ ਜੀ ਨਿੱਕੇ ਹੁੰਦੇ? ਦੇਖੋ ਜੀ ਉੱਥੇ ਬੱਚੇ ਜਿੰਨੇ ਵੀ ਨਾ ਸਾਰੇ ਬੜੇ ਬੜੇ ਘਰਾਂ ਦੇ, ਮੈਂ ਇੱਕ ਗਰੀਬ ਘਰ ਦਾ, ਉਦੋਂ ਕੋਈ 10-12 ਸਾਲ ਦੇ ਹੋਣਾ। ਤੁਹਾਡੇ ਨਿਆਣੇ ਵਿੱਚ ਲੱਗ ਰਿਹਾ ਜੀ ਡੰਗਰ ਜਿਹਾ ਲੱਗਦਾ ਹੋਣਾ ਵੱਡਾ ਹਰਾ ਜਿਹਾ ਭਾਜੀ, ਉਹ ਜਿੱਦਾਂ ਕਬੂਤਰਾਂ ਦੇ ਵਿੱਚ ਬੰਗਲਾ ਫਿਰਦਾ ਹੁੰਦਾ ਹਨਾ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ ਇੱਦਾਂ? ਹਾਂਜੀ ਹਾਂਜੀ ਬਿਲਕੁਲ, ਬਹੁਤ ਵਧੀਆ ਗੱਲ ਵੱਡੇ ਭਾਈ ਨੇ ਕਹੀ ਆ ਕਿ ਜਿਵੇਂ ਕਬੂਤਰਾਂ ਦੇ ਵਿੱਚ ਇੱਕ ਬੰਗਲਾ ਵੱਡਾ ਜਿਹਾ ਤੁਰਿਆ ਫਿਰਦਾ, ਇਹ ਉਸ ਤਰ੍ਹਾਂ ਲੱਗਦੇ ਹੋਣਗੇ ਉਸ ਟਾਈਮ ਉਸ ਸਮੇਂ। ਅੱਛਾ ਭਾਜੀ ਇੱਦਾਂ ਵਾ ਕਿ ਇਹਦਾ ਮੂੰਹ ਵੇਖੋ, ਇਹਦੇ ਮੂੰਹ ਦੇ ਉੱਤੇ ਕੋਈ ਮਾਹੌਲ ਕਰ ਸਕਦੇ ਹੋ ਤੁਸੀਂ, ਕਰੋਗੇ? ਬਿਲਕੁਲ ਜੀ, ਮੁੱਛਾਂ ਵੇਖੋ ਭਾਈ ਨੇ ਰੱਖੀਆਂ ਜਿਵੇਂ ਚੂਹੇ ਦੀ ਪੂਛ ਹੁੰਦੀ ਹੈ, ਕੋਈ ਵੀ ਇੱਕ ਦੂਜੇ ਨੂੰ ਮਜ਼ਾਕ ਕਰਨਾ ਵਾ ਤੇ ਆਪਾਂ ਬਿਲਕੁਲ ਸ਼ਰਮ ਦੀ ਹੱਦ ਵਿੱਚ ਰਹੀ ਕੇ ਜਾਂ ਆਪਾਂ ਗਲਤ ਮਕਸਦੀ ਕਾ ਕਰਨਾ। ਅੱਛਾ ਭਾਜੀ ਆਪਾਂ ਗੱਲ ਕਰੀਏ ਤੁਹਾਡੇ ਸਰੀਰ ਵੱਲ ਵੇਖ ਕੇ, ਤੁਹਾਡੀ ਲੋਕ ਵੀ ਜਿਹੜੀ ਹੈ ਨਾ ਗੁੰਡਿਆਂ ਵਾਲੀ ਹੈ, ਅਤੇ ਜੇ ਜਿਸ ਤਰ੍ਹਾਂ ਗੱਬਰ ਸਿੰਘ ਮਰ ਗਿਆ ਫਿਲਮਾਂ ਵਿੱਚੋਂ, ਤੁਹਾਨੂੰ ਗੱਬਰ ਸਿੰਘ ਦਾ ਜੇ ਰੋਲ ਦੇ ਦੇਣ ਫਿਰ ਤੁਸੀਂ ਕਿੱਦਾਂ ਕਰੋਗੇ? ਅਸੀਂ ਗੱਬਰ ਸਿੰਘ ਦਾ ਜੀ ਵੇਖੋ ਜੀ, ਮੈਂ ਵੇਖੀ ਛੋਲੇ ਫਿਲਮ ਦੇਖੀ ਆ। ਅੱਛਾ ਉਹਦਾ ਡਾਇਲੋਗ ਬੋਲੂਗਾ ਗੱਬਰ ਸਿੰਘ ਦਾ? ਨਾ ਤੁਹਾਨੂੰ ਜੇ ਗੱਬਰ ਸਿੰਘ ਬਣਾ ਦੇਣ ਹੋਰ ਕੇ ਫਿਲਮ ਦੇ ਵਿੱਚ, ਤੁਹਾਨੂੰ ਇਹੋ ਰੋਲ ਦੇ ਦੇਣ ਵੀ ਜਵਾਨਾਂ ਲਿਆ ਡਾਇਲੋਗ ਬੋਲ, ਕਿੱਦਾਂ ਬੋਲੋਗੇ ਤੁਸੀਂ? ਵੇਖੋ ਜੀ ਜਿਸ ਤਰ੍ਹਾਂ ਉਹਨੇ ਬੋਲਿਆ, ਬਸੰਤੀ ਇਹਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ। ਸੀਜ਼ਨ ਕਿਉਂ ਕੁੱਤੇ ਕਹਿਣ ਡਿਆ ਤੂੰ? ਉਹ ਗੱਲ ਤੂੰ ਕਿਉਂ ਸਾਡੀ ਕੋਈ ਕੁਛ ਚਿੱਤਰ ਖਾਣੀ ਸਾਨੂੰ ਵੀ ਨਾਲ ਪਾਉਣੇ ਹੀ ਹੱਸ ਹੁੰਦੇ। ਅੱਛਾ ਭਾਜੀ ਇਹ ਮੈਨੂੰ ਦੱਸੋ ਕਿ ਇਹ ਵਾਕਿਆ ਗੱਬਰ ਜਸੂਗਾ ਕਿ ਇੱਦਾਂ ਕਰਕੇ ਲੋਕਾਂ ਕੋਲ ਜੁੱਤੀਆਂ ਖਾਊਗਾ? ਭਾਜੀ ਇਹ ਬਿਲਕੁਲ ਲੋਕਾਂ ਕੋਲ ਛਿੱਤਰ ਖਾਊਗਾ, ਜਿਸ ਤਰੀਕੇ ਨਾਲ ਦੱਸਿਆ ਨਾ ਵੀ ਕੁੱਤੋਂ ਕੇ ਸਾਹਮਣੇ ਮਤ ਨਾਚਣਾ, ਇਹ ਗੱਬਰ ਸਿੰਘ ਦਾ ਸਟਾਈਲ ਹੀ ਨਹੀਂ ਹੈਗਾ, ਇਹ ਤੇ ਉਹਨਾਂ ਦੇ ਪੈਰਾਂ ਵਰਗੇ ਨਹੀਂ। ਇਹ ਗੱਬਰ ਸਿੰਘ ਦਾ ਕੀ ਰੀਸ ਕਰ ਲੈਣਗੇ ਭਾਜੀ? ਬੰਦਾ ਵੀ ਸੋਚ ਸਮਝ ਕੇ ਗੱਲ ਕਰ, ਜੇ ਤੁਹਾਨੂੰ ਇਹ ਸ਼ਾਂਭੇ ਵਾਲੇ ਡਾਇਲੋਗ ਬੋਲ ਕੇ ਦਿਖਾਉਣ ਦੀ ਵੇਖ, ਬੜੀ ਖੁਸ਼ੀ ਹੋਏ ਲਓ ਭਾਜੀ ਹੁਣ ਪਤਾ ਡੀਜ ਦਾ ਸਵਾਲ ਦੇ ਫਿਰ ਇਹ ਵੇਖਣਾ ਵੀ ਸ਼ਾਂਭੇ ਵਾਲੇ ਡਾਇਲੋਗ ਬੋਲੋ ਤੁਸੀਂ। ਅਸੀਂ ਅਗਲੇ ਐਪੀਸੋਡ ਦੇ ਵਿੱਚ ਬਿਲਕੁਲ ਨਵੇਂ ਦੋਸਤਾਂ ਦੇ ਨਾਲ ਇਹੋ ਹੀ ਪ੍ਰੋਗਰਾਮ ਲੈ ਕੇ ਹਾਸਾ ਮਾਹੌਲ ਤੁਹਾਡੇ ਰੂਹ, ਤਦ ਤੱਕ ਲਈ ਦਿਓ ਸਾਨੂੰ ਇਜਾਜ਼ਤ, ਜੈ ਹਿੰਦ।